ਬਲਦੇਵ ਸਿੰਘ ਦਾ ਨਾਵਲ ਲਾਲ ਬੱਤੀ ਦਾ 28ਵਾਂ ਅੰਗ ਆਪਣੇ ਕਮਰੇ ਚ ਆ ਕੇ ਹੀਮਾ ਸ਼ੀਸ਼ੇ ਮੂਰੇ ਖੜੀ ਆਪਣਾ ਰੂਪ ਵੇਖ ਰਹੀ ਹੈ ਕੱਪੜੇ ਉਤਾਰ ਕੇ ਲੇਟ ਜਾਣ ਦਾ ਮਨ ਨਹੀਂ ਹੈ ਗ੍ਰੈਂਡ ਹੋਟਲ ਦਾ ਖਾਣਾ ਕਾਜੂ ਚਿਕਨ ਤੇ ਉਸ ਭੱਦਰਪੁਰਸ਼ ਦਾ ਵਿਹਾਰ ਸਭ ਯਾਦ ਆ ਰਹੇ ਹਨ ਕਰੀਮ ਰੰਗੀ ਸਾਰੀ ਚੋ ਨੂੰ ਆਪਣਾ ਬੇहद ਸੌ ਅਤੇ ਦਿਲਕਸ਼ ਲੱਗ ਰਿਹਾ ਹੈ ਮੱਥੇ ਦੀ ਬਿੰਦੀ ਮਾਂਗ 'ਚ ਸੰਦੂਰ ਵੇਖ ਕੇ ਹੀਮਾ ਅਚਾਨਕ ਉਦਾਸ ਹੋ ਜਾਂਦੀ ਹੈ ਜੇ ਉਹਦੀ ਵੀ ਕਿਦਰੇ ਸ਼ਾਦੀ ਹੋ ਗਈ ਹੁੰਦੀ ਉਹਦਾ ਆਪਣਾ ਘਰ ਪਰਿਵਾਰ ਹੋਣਾ ਸੀ ਬੱਚੇ ਹੋਣੇ ਸੀ ਲੰਮੇ ਹੋਕੇ ਨਾਲ ਹੀ ਅੱਖਾਂ ਭਰ ਆਈਆਂ ਵੱਡੇ ਘਰਾਂ ਦੀਆਂ ਲੜਕੀਆਂ ਜਾਂ ਬਹੂਆਂ ਨਾਲੋਂ ਕੀ ਕਮੀ ਐ ਮੇਰੇ 'ਚ ਜਾਂ ਮੇਰੇ ਵਰਗੀਆਂ ਹੋਰ ਲੜਕੀਆਂ 'ਚ ਧੰਦਾ ਤੋ ਕਰਦੀਆਂ ਨੇ ਕਦੇ ਦੋਸਤਾਂ ਨਾਲ ਕਦੇ ਰਿਸ਼ਤੇਦਾਰਾਂ ਨਾਲ ਪਰ ਚੋਰੀ ਛਿਪੇ ਕਰਦੀਆਂ ਨੇ ਜਿਵੇਂ ਮੈਂ ਰੂਪਾ ਚੱਟਰਜੀ ਬਣ ਕੇ ਆਈ ਆਂ ਵਿਅੰਗ ਭਰੀ ਮੁਸਕਾਨ ਚਿਹਰੇ ਤੇ ਆਉਂਦੀ ਐ ਫਿਰ ਜੀ ਕਰਦਾ ਸਾੜੀ ਉਤਾਰ ਕੇ ਸੌ ਜਾਵਾਂ ਬਹੁਤ ਰਾਤ ਹੋ ਗਈ ਹੈ ਪਰ ਇਹ ਕਪੜੇ ਉਤਾਰਦੇ ਆਂ ਯੂ ਰੂਪਾ ਤੋਂ ਹੀਮਾ ਬਣ ਜਾਏਗੀ ਅੱਜ ਦੀ ਰਾਤ ਰੂਪਾ ਹੀ ਬਣੀ ਰਹਿਣਾ ਚਾਹੁੰਦੀ ਹੈ ਅੱਜ ਉਹ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਸੌਵੇਂਗੀ ਇਸ ਇਰਾਦੇ ਨਾਲ ਸ਼ੀਸ਼ੇ ਸਾਹਮਣੇ ਉੱਠਦੀ ਹੈ ਉਦੋਂ ਹੀ ਬੂਆ ਖੋਲ ਕੇ ਦੇਵਕੀ ਮਾਸੀ ਅੰਦਰ ਆਉਂਦੀ ਹੈ ਅਜੇ ਤੱਕ ਸਾੜੀ ਨਹੀਂ ਬਦਲੀ ਦੇਵਕੀ ਹੈਰਾਨ ਹੁੰਦੀ ਹੈ ਮਾਸੀ ਸਿਰ ਫਟਿਆ ਜਾ ਰਿਹਾ ਹੈ ਹੀਮਾ ਨੇ ਅੱਖਾਂ ਬੰਦ ਕਰਕੇ ਸਿਰ ਪਲੰਗ ਦੀ ਢੋਰ ਨਾਲ ਲਾਇਆ ਆਦਮੀ ਕਿਸ ਤਰ੍ਹਾਂ ਦਾ ਹੈ ਆਦਮੀ ਇੱਕ ਤਰ੍ਹਾਂ ਦੇ ਹੀ ਹਰਾਮੀ ਹੁੰਦੇ ਨੇ ਮਾਸੀ ਅਸਾਂ ਮੀ ਤਕੜੀ ਹੈ ਦੇਵਕੀ ਬੜਾ ਕੁਝ ਪੁੱਛਣਾ ਚਾਹੁੰਦੀ ਹੈ ਦੇਖਣ ਨੂੰ ਤਾਂ ਪੈਸੇ ਵਾਲਾ ਲੱਗਦਾ ਪਰ ਇੰਨੇ ਚਿਰ ਚ ਇੱਥੇ ਚਾਰ ਕਸਟਮਰ ਖਲਾਸ ਕਰਾ ਦਿੰਦੀ ਜੇ ਚਾਰ ਕਸਟਮਰਾਂ ਦਾ ਪੈਸਾ ਉਹ ਕੱਲਾ ਹੀ ਦੇ ਦਿੰਦਾ ਤਾਂ ਫਿਰ ਤਾਂ ਠੀਕ ਹੈ ਨਾ ਹੀਮਾ ਕੁਝ ਨਹੀਂ ਬੋਲਦੀ ਦੇਵਕੀ ਮੋਸੀ ਵੱਲ ਤੱਕ ਕੇ ਦੋਹਾਂ ਹੱਥਾਂ ਨਾਲ ਸਿਰ ਦਬਾਉਣ ਲੱਗਦੀ ਹੈ ਫਿਰ ਕਦੋਂ ਆਉਣ ਨੂੰ ਕਿਹਾ ਆਖਦਾ ਸੀ ਹਰ ਸਨੇਚਰ ਵਾਰ ਇੱਥੇ ਆਇਆ ਕਰ ਸੁਣ ਕੇ ਦੇਵਕੀ ਦੇ ਚਿਹਰੇ ਤੇ ਖਿੜਾ ਆ ਜਾਂਦਾ ਮੋਡਲ ਲੱਗਦੀ ਹੈ ਉਦੋਂ ਹੀ ਮਧੂ ਤੇ ਕਮਰੇ 'ਚ ਰੌਲਾ ਪੈਂਦਾ ਜਿਵੇਂ ਉਹ ਕਸਟਮਰ ਨਾਲ ਝਗੜ ਰਹੀ ਹੋਵੇ ਰੇਖਾ ਮਾਇਆ ਕੰਚਨ ਸਲਮਾ ਜਿਹੜੀ ਵੀ ਹਾਲਤ ਸੀ ਨੰਗੀਆਂ ਅਧ ਨੰਗੀਆਂ ਬਾਹਰ ਨਿਕਲ ਆਈਆਂ ਦੇਵਕੀ ਮਾਸੀ ਨੇ ਝਿੜਕਿਆ ਹਰਾਮਜ਼ਾਦੀ ਅੰਦਰ ਚਲੋ ਤੇ ਢੰਗ ਦੇ ਕੱਪੜੇ ਪਹਿਨੋ ਲੜਕੀਆਂ ਫਿਰ ਆਪਣੇ ਕਮਰੇ ਦੇ ਨੇਰੇ ਚ ਲੋਪ ਹੋ ਜਾਂਦੀਆਂ ਮਧੂ ਅਜੇ ਵੀ ਕਿਸੇ ਗਾਹਕ ਨੂੰ ਗਾਲਾਂ ਕੱਢ ਰਹੀ ਹੈ ਦੇਵਕੀ ਜਾ ਕੇ ਬੂਆ ਖੜਕਾਉਂਦੀ ਹੈ ਖੁੱਲ ਐ ਅੰਦਰੋਂ ਮਧੂ ਦੀ ਖਿਜੀ ਤੇ ਗੁੱਸੇ ਭਰੀ ਆਵਾਜ਼ ਸੁਣਦੀ ਹੈ ਦੇਵਕੀ ਤੱਕ ਕੇ ਬੂਆ ਖੋਲਦੀ ਐ ਮਧੂ ਨੰਗੀ ਹਾਲਤ ਚ ਖੜੀ ਐ ਪਲੰਗ ਤੇ ਇੱਕ ਸ਼ਰਾਬੀ ਵੀ ਲਗਭਗ ਨੰਗਾ ਹੀ ਬੈਠਾ ਕੀ ਹੋਇਆ ਰੀ ਚਿਲਾ ਕਿਉ ਰਹੀ ਆ ਅੱਧੀ ਰਾਤੀ ਹੋਗਾ ਕੀ ਮौसी ਇਸ ਹਰਾਮੀ ਨੂੰ ਪੁੱਛ ਇਹ ਮਿਸਟਰ ਕੀ ਹੋ ਲੋ ਦੇਵਕੀ ਮौसी ਸਖਤੀ ਨਾਲ ਪੁੱਛਦੀ ਐ ਕੁਛ ਨਹੀਂ ਸ਼ਰਾਬੀ ਬੋਲਦਾ ਅਰੇ ਸਾਲਾ ਬੋਲਦਾ ਕੁਛ ਨਹੀਂ ਹੋਇਆ ਮौसी ਮੈਨੂੰ ਆਖਦਾ ਉਲਟੀ ਲੇਟ ਪੈਸਾ ਹੋ ਗਿਆ ਦੇਵਕੀ ਧੀਮੀ ਸੁਰਚ ਪੁੱਛਦੀ ਹਾਂ ਸਾੜੇ ਪੈਨ ਦੇਵਕੀ ਮਧੂ ਨੂੰ ਹੁਕਮ ਦਿੰਦੀ ਐ ਸ਼ਰਾਬੀ ਗਾਹਕ ਵੱਲ ਤੱਕ ਰਿਹਾ ਸੁਣੋ ਮਿਸਟਰ ਮੇਰੀਆਂ ਲੜਕੀਆਂ ਨੂੰ ਤੁਹਾਡੇ ਮਰਦਾਂ ਵਾਂਗ ਇੰਜ ਕਰਨ ਦੀ ਆਦਤ ਨਹੀਂ ਭੱਦਰ ਪੁਰਸ਼ ਵਾਂਗ ਆਇਆ ਭੱਦਰ ਪੁਰਸ਼ ਵਾਂਗੀ ਵਿਹਾਰ ਕਰ ਦੇਵਕੀ ਮौसी ਆਰ ਪਰ ਲੰਘ ਜਾਣ ਵਾਲੀਆਂ ਨਿਗਾਹਾਂ ਨਾਲ ਗਾਹਕ ਨੂੰ ਘੂਰਦੀ ਹੈ ਮੈਂ ਤਾਂ ਕੁਝ ਕਿਹਾ ਹੀ ਨਹੀਂ ਇਹ ਤਾਂ ਬਸ ਇਸ ਤਰ੍ਹਾਂ ਦੀ ਕਮਾਲ ਹੱਦ ਹੋ ਗਈ ਸ਼ਰਾਬੀ ਆਪਣੇ ਆਪ ਨਾਲ ਹੀ ਬੁੜਬੁੜਾ ਰਿਹਾ ਹੈ ਕੰਮ ਹੋ ਗਿਆ ਤਾਂ ਚਲੋ ਦੇਵਕੀ ਹੱਥ ਨਾਲ ਚੁਟਕੀ ਵਜਾ ਕੇ ਬਾਹਰ ਜਾਣ ਲਈ ਉਂਗਲੀ ਦਾ ਇਸ਼ਾਰਾ ਕਰਦੀ ਹੈ ਕਿੱਥੇ ਕੰਮ ਹੋਇਆ ਜੀ ਝਗੜਾ ਤਾਂ ਪਹਿਲਾਂ ਹੀ ਕਰ ਲਿਆ ਇਹਨੇ ਮੇਰੇ ਪੈਸੇ ਵਾਪਸ ਕਰੋ ਮੈਂ ਦੂਜੀ ਜਗ੍ਹਾ ਚੱਲਿਆ ਜਾਣਾ ਝਗੜਾ ਵੀ ਕਰਦੀਆਂ ਨੇ ਰੋਪ ਵੀ ਦਿੰਦੀਆਂ ਨੇ ਇਸ ਨਾਲੋਂ ਤਾਂ ਅੱਛਾ ਸੀ ਮੈਦਾਨ ਚ ਕੋਈ ਲੜਕੀ ਫੜ ਲੈਂਦਾ ਸ਼ਰਾਬੀ ਉੱਠ ਕੇ ਕੱਪੜੇ ਪਹਿਨਣ ਲੱਗਦਾ ਸ਼ਰੀਫ ਆਦਮੀ ਮਾਫਕ ਬੈਠੇਗਾ ਤੇ ਮੇਰੀਆਂ ਲੜਕੀਆਂ ਬੁਰੀਆਂ ਨਹੀਂ ਮਧੂ ਵੇਲਾ ਕਰ ਇਹਨੂੰ ਮਿਸਟਰ ਝਗੜਾ ਨਹੀਂ ਕਰਨਾ ਸਮਝਾ ਕੇ ਦੇਵਕੀ ਕਮਰੇ ਚੋਂ ਬਾਹਰ ਨਿਕਲ ਜਾਂਦੀ ਹੈ ਸਾਲਾ ਸੂਅਰ ਰੱਖਦਾ ਪੈਸਾ ਵਾਪਸ ਕਰੋ ਹਰਾਮੀ ਸਰਕਾਰੀ ਰਾਸ਼ਨ ਦੀ ਦੁਕਾਨ ਤੇ ਆਇਆ ਹੈ ਇਥੇ ਸਭ ਸਾਲੇ ਛਟੇ ਹੋਏ ਆਉਂਦੇ ਆ ਦੁਨੀਆ ਭਰ ਦੇ ਕੰਜਰ ਆਪਣੇ ਕਮਰੇ ਅੰਦਰ ਜਾ ਕੇ ਵੀ ਦੇਵਤ ਕੀ ਉੱਚੀ ਉੱਚੀ ਬੋਲੀ ਜਾ ਰਹੀ ਹੈ ਜਿੰਨੀ ਦੇਰ ਉਹਦਾ ਗੁੱਸਾ ਸ਼ਾਂਤ ਨਹੀਂ ਹੁੰਦਾ ਇਸ ਤਰ੍ਹਾਂ ਹੀ ਬੋਲੀ ਜਾਏਗੀ ਤੇ ਆਪਣੀਆਂ ਪੌੜੀਆਂ ਤੋਂ ਤੇ ਦਰਬਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਬੁਰਾ ਭਲਾ ਆਖੀ ਜਾਏਗੀ ਗਾਲਾਂ ਕੱਢੀ ਜਾਏਗੀ ਮਧੂ ਫੇਰ ਪਲੰਗ ਤੇ ਲੇਟ ਗਈ ਹੈ ਸ਼ਰਾਬੀ ਉਹਦੇ ਉੱਪਰ ਆਉਣ ਦੀ ਬਜਾਏ ਕਦੇ ਕਿਸੇ ਪਾਸੇ ਛੇੜ ਰਿਹਾ ਹੈ ਮਧੂ ਖਿੱਚ ਰਹੀ ਹੈ ਗੁੱਸੇ 'ਚ ਵੀ ਹੈ ਕਦੇ ਕਦੇ ਕੋਈ ਸਾਲਾ ਜਿਹਾ ਖੱਟੜਗਾਹ ਕੌਂਦਾ मधुदा जी ਕਰਦਾ ਲੱਤ ਮਾਰ ਕੇ ਉਹਨੂੰ ਪਲੰਘ ਤੋਂ ਹੇਠਾਂ ਸੁੱਟਦੇ ਆ। ਮਧੂ ਉਹਨੂੰ ਬਾਹਾਂ ਤੋਂ ਫੜ ਕੇ ਖਿੱਚਦੀ ਐ, ਨੀਂਦ ਆ ਰਹੀ ਐ, ਥੱਕੀ ਵੀ ਹੋਈ ਐ ਉਸ ਕੋਲੋਂ, ਚਿੜੀ ਵੀ ਹੋਈ ਐ। ਸ਼ਰਾਬੀ ਮਧੂ ਦਾ ਪੇਟ। ਮਧੂ ਨੇ ਆਪਣੇ ਪੇਟ ਤੇ ਹੱਥ ਰੱਖਿਆ, ਇਸ ਪੇਟ ਅੰਦਰ 9 ਮਹੀਨੇ ਰਿਹਾ ਐ। ਫਰਕ ਸਿਰਫ ਐਨਾ, ਉਹ ਪੇਟ ਤੇਰੀ ਮਾਂ ਦਾ ਸੀ, ਇਹ ਪੇਟ ਰੰਡੀ ਦਾ ਠੀਕ ਤਰ੍ਹਾਂ। ਸ਼ਰਾਬੀ ਅਚਾਨਕ ਰੁਕਦਾ ਐ, ਉੱਠ ਕੇ ਕੱਪੜੇ ਪਹਿਨਣ ਲੱਗਦਾ ਐ। ਮਧੂ ਪਲੰਘ ਤੇ ਉਵੇਂ ਪਈ ਉਹਨੂੰ ਦੇਖ ਰਹੀ ਐ। जान ਲੱਗਿਆ ਸ਼ਰਾਬੀ ਗਾ ਕੇ ਇੱਕ ਵਾਰ ਮਧੂਵਲ ਵੇਖਦਾ ਫਿਰ ਬੂਹਾ ਖੋਲ ਕੇ ਬਾਹਰ ਨਿਕਲ ਜਾਂਦਾ ਹੈ ਮਧੂ ਅਜੇ ਵੀ ਉਵੇਂ ਪਈ ਹੈ ਉੱਠ ਕੇ ਕੱਪੜੇ ਪੈਣਨ ਦਾ ਮਨ ਨਹੀਂ ਹੈ ਉਸ ਲਈ ਕੱਪੜੇ ਪਹਿਨਣੇ ਨਾ ਪਹਿਨਣੇ ਕੋਈ ਮੈਨੇ ਨਹੀਂ ਰੱਖਦੇ ਕੰਚਨ ਕਰਾਉਂਦੀ ਹੋਈ ਮਧੂ ਦੇ ਕਮਰੇ 'ਚ ਆਉਂਦੀ ਹੈ ਮਧੂ ਥੋੜੀ ਸ਼ਰਾਬ ਹੈ ਤੇਰੇ ਕੋਲ ਕੰਚਨ ਪੁੱਛ ਕੇ ਪੱਟਾਂ ਦੇ ਸੰਕੁਟਦੀ ਹੈ ਮਧੂ ਉਵੇਂ ਹੀ ਉੱਠ ਕੇ ਇੱਕ ਬੋਤਲ 'ਚ ਪਊਆ ਕ ਬਚੀ ਸ਼ਰਾਬ ਉਹਨੂੰ ਫੜਾਉਂਦੀ ਹੈ ਨੀਂਦ ਨਹੀਂ ਆ ਰਹੀ ਕੁੱਛਦੀ ਹੈ ਇੱਥੇ ਲਗਾਉਣੀ ਹੈ ਕੰਚਨ ਦਸਦੀ ਹੈ ਅੰਗ 29 ਵਾ ਜਦੋਂ ਆਪਣੇ ਕਮਰੇ ਚ ਆ ਕੇ ਕੰਚਨ ਸਾੜੀ ਦਾ ਪੱਲਾ ਸ਼ਰਾਬ ਨਾਲ ਭਉਂਕੀ ਨਿਚੋੜਦੀ ਹੈ ਤਾਂ ਪੀੜ ਨਾਲ ਉਹਦੀਆਂ ਚੀਸਾਂ ਨਿਕਲ ਜਾਂਦੀਆਂ ਅੰਦਰ ਤਿੱਖੀ ਜਲਨ ਹੁੰਦੀ ਹੈ ਉਸੇ ਸਾੜੀ ਦੇ ਪੱਲੇ ਨਾਲੋਂ ਪੱਟਾਂ ਦੇ ਅੰਦਰਲੇ ਹਿੱਸੇ ਰਗੜਨ ਲੱਗਦੀ ਹੈ ਇਸ ਤਰ੍ਹਾਂ ਰਾਹਤ ਮਿਲਦੀ ਹੈ ਜੀ ਕਰਦਾ ਤਿੱਖੇ ਨਵਾਂ ਨਾਲ ਸਾਰਾ ਕੁਝ ਛਿਲ ਦੇਵੇ ਪਰ ਡਰਦੀ ਹੈ ਬਾਅਦ ਵਿੱਚ ਭਿਆਨਕ ਜਲਨ 'ਚ ਬਦਲ ਜਾਏਗਾ ਫਿਰ ਤਾਂ ਜੀ ਕਰਦਾ ਹੈ ਕਿ ਦੋ ਮੰਜ਼ਲੀ ਇਮਾਰਤ ਦੀ ਖਿੜਕੀ ਚੋਂ ਹੇਠਾਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂ। ਅਜੋ ਸਵੇਰ ਦੀ ਪਰੇਸ਼ਾਨ ਹੈ। ਦੇਵਕੀ ਮਾਸੀ ਨੇ ਉਹਨੂੰ ਕਮਰਾ ਖਾਲੀ ਕਰਨ ਲਈ ਹੁਕਮ ਦਿੱਤਾ ਹੈ। ਦੋ ਮਹੀਨਿਆਂ ਦਾ ਕਿਰਾਇਆ ਬਾਕੀ ਹੋਇਆ। ਉਹ ਕੀ ਕਰੇ? ਕਿੱਥੇ ਜਾਵੇ? ਤਾਰਾ ਰਤਨਾ ਦੋ ਸਖੀਆਂ ਤਾਂ ਹਨ ਉਹ ਦੀਆਂ ਪਰ ਉਹ ਤਾਂ ਆਪ ਨਰਕ ਚ ਰਹਿ ਰਹੀਆਂ। ਦੋਹਾਂ ਦੇ ਬੱਚੇ ਆ। ਉਹਨਾਂ ਕੋਲ ਜਾ ਕੇ ਕਿਵੇਂ ਰਹੇਗੀ? ਆਪਣੇ گاؤں ਵੀ ਨਹੀਂ ਜਾ ਸਕਦੀ। ਇੱਕ ਕੋੜ ਲੈ ਕੇ ਆਪਣੇ ਲੋਕਾਂ ਚ ਕਿਵੇਂ ਜਾਏਗੀ? ਇਹੀ ਰੋਗ ਜੇ ਉੱਥੇ ਫੈਲ ਗਿਆ ਤਾਂ ਫੇਰ ਇਸ ਫੇਰ ਦੀ ਉਹਨੂੰ ਸਮਝ ਨਹੀਂ ਆ ਰਹੀ ਦੇਵਕੀ ਮਸੀ ਤਾਂ ਦੋ ਗੱਲਾਂ ਆ ਕੇ ਗਈ ਐ ਜਾਂ ਕਰਾਇਆ ਯਾ ਕਮਰਾ ਕਿਰਾਇਆ ਦੇਣ ਲਈ ਪੈਸੇ ਕਿੱਥੋਂ ਆਉਣ ਹੁਣ ਤਾਂ ਗਾਖ ਵੀ ਕੰਨੀ ਕਤਰੌਣ ਲੱਗ ਪਏ ਹਨ ਉਹ ਆਪ ਵੀ ਮੈਦਾਨਾਂ 'ਚ ਜਾ ਕੇ ਗਾਖਾਂ ਦੇ ਪਿੱਛੇ ਭੱਜਦੀ ਐ ਜੀਪ ਟੰਗ ਦਾ ਧੰਦਾ ਐ ਦੂਜੇ ਕਮਾਂਕਾਰਾਂ 'ਚ ਜਿਵੇਂ ਜਿਵੇਂ ਤਜਰਬਾ ਹੁੰਦਾ ਜਾਂਦਾ ਹੈ ਉਮਰ ਵੱਧਦੀ ਜਾਂਦੀ ਹੈ ਉਹਦਾ ਮਾਨ ਸਤਕਾਰ ਵਧੇਰੇ ਹੁੰਦਾ ਜਾਂਦਾ ਪਰ ਇੱਥੇ ਜਿਵੇਂ ਜਿਵੇਂ ਰੰਡੀ ਦੀ ਉਮਰ ਵੱਧਦੀ ਜਾਂਦੀ ਉਹਦਾ ਰੇਟ ਘਟਦਾ ਜਾਂਦਾ ਹੈ ਪੁੱਛ ਪਰਤੀਤ ਕੋਈ ਨਹੀਂ ਰਹਿੰਦੀ ਕਦੇ ਇਸੇ ਦੇਵਕੀ ਮਾਸੀ ਨੂੰ ਦੋ-ਦੋ ਮਹੀਨਿਆਂ ਦਾ ਕਿਰਾਇਆ ਐਡਵਾਂਸ ਦੇ ਦਿੰਦੀ ਸੀ ਹੁਣ ਜੇ ਦੋ ਮਹੀਨਿਆਂ ਦਾ ਕਿਰਾਇਆ ਨਹੀਂ ਜੋੜ ਸਕੀ ਤਾਂ ਖਾਲੀ ਕਰਨ ਦੀ ਧਮਕੀ ਦੇ ਗਈ ਹੈ ਗੁਪਤ ਅੰਗ ਦੇ ਜ਼ਖਮਾਂ ਉੱਪਰ ਲਗਾਈ ਸ਼ਰਾਬ ਕਾਰਨ ਕੁਝ ਠੰਡ ਮਹਿਸੂਸ ਹੋ ਰਹੀ ਹੈ ਜਲਨ ਕੁਝ ਘਟ ਗਈ ਹੈ ਪਰ ਕਿੰਨਾ ਚਿਰ ਰਹੇਗਾ ਇਸ ਤਰ੍ਹਾਂ ਆਖਰ ਨੂੰ ਮੈਨੂੰ ਵੀ ਤਾਂ ਬਿਨਾਂ ਮੰਗ ਕਿਸੇ ਫੁੱਟਪਾਥ ਦਾ ਕੋਨਾ ਮਲਣਾ ਪੈਗਾ ਉਨੇ ਦੋਵੇਂ ਹੱਥ ਕਾਲੀ ਮਾਂ ਦੀ ਤਸਵੀਰ ਵੱਲ ਜੋੜੇ। ਮਾਂ ਇਸ ਤਰ੍ਹਾਂ ਦੀ ਦੁਰਦਸ਼ਾ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ ਬੁਲਾ ਲੈ। ਉਹਦੇ ਅਥਰੂ ਨਿਕਲ ਆਏ ਹਨ। ਕੱਲ ਤਾਰਾ ਜਾਂ ਰਤਨਾ ਕੋਲ ਜਾਵਾਂਗੀ, ਇਹ ਸੋਚਦੀ ਉਹ ਸੌਣ ਦਾ ਯਤਨ ਕਰਨ ਲੱਗੀ ਹੈ। ਕੰਚਨ ਸਵੇਰੇ ਉੱਠੀ ਤਾਂ ਉਹਦੇ ਹੱਥਾਂ 'ਚੋਂ ਬੂ ਆ ਰਹੀ ਹੈ। ਸ਼ਾਇਦ ਰਾਤ ਭਰ ਪੱਟਾਂ ਦੇ ਸਨ ਖੁਰਕਦੀ ਰਹੀ ਹੈ। ਹੁਣ ਤਾਂ ਕਦੇ ਹੱਥਾਂ ਨੂੰ ਸਫੈਦ ਪੀਕ ਵਰਗਾ ਵੀ ਕੁਝ ਲੱਗ ਜਾਂਦਾ ਹੈ। ਲੱਤਾਂ ਕੁਝ ਵਧੇਰੇ ਚੌੜੀਆਂ ਕਰਕੇ ਤੁਰਿਆਂ ਘੱਟ ਦਰਦ ਹੁੰਦਾ ਹੈ। ਪਰ ਇਸ ਤਰ੍ਹਾਂ ਕੰਚਨ ਨੂੰ ਬੜਾ ਉਪਰਾ ਉਪਰਾ ਲੱਗਦਾ ਹੈ ਧਰਮਤਲਾ ਦੇ ਮੈਦਾਨਾਂ 'ਚ ਵੀ ਜਦੋਂ ਇਵੇਂ ਹੀ ਤੁਰਦੀ ਹੈ ਤੇ ਰਤਨਾ ਬੜੇ ਭੱਦੇ ਮਜ਼ਾਕ ਕਰਦੀ ਹੈ ਲੱਗਦਾ ਹੈ ਤੇਰੇ ਪੱਟਾਂ ਦੇ ਸਨ 'ਚ ਕੁਝ ਫਸਿਆ ਹੁੰਦਾ ਹੈ ਇਹੋ ਜੀਆਂ ਗੱਲਾਂ ਤੇ ਕੰਚਨ ਹੱਸ ਨਹੀਂ ਸਕਦੀ ਉਹ ਜਾਣਦੀ ਹੈ ਰਤਨਾ ਤੇ ਤਾਰਾ ਵੀ ਰੋਗ ਦੇ ਲੱਛਣ ਦਿਖਾਈ ਦੇਣ ਲੱਗੇ ਹਨ ਇੱਕ ਦਿਨ ਉਹਨੇ ਦੋਹਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ ਪਰ ਸ਼ੁਰੂ ਦੀ ਬਿਮਾਰੀ ਹੈ ਜੇ ਉਹ ਪਰਵਾਹ ਨਹੀਂ ਕਰਦੀਆਂ ਬਾਅਦ ਚ ਮੇਰੇ ਵਾਂਗ ਚੀਕਾਂ ਮਾਰਨਗੀਆਂ ਪਤਾ ਨਹੀਂ ਕਿੰਨੀਆਂ ਬੀਨਾ ਮੌਸੀਆਂ ਸੜਕਾਂ ਦੇ ਮੈਦਾਨਾਂ 'ਚ ਘੁੰਮ ਰਹੀਆਂ ਹਨ ਕੋਈ ਸਮਾਂ ਆਏਗਾ ਅਸੀਂ ਕੁਸ਼ਟ ਰੋਗੀਆਂ ਵਾਂਗ ਝੁੰਡ 'ਚੋਂ ਨਿਕਲਿਆ ਕਰਾਂਗੇ ਅੱਜਕੱਲ ਇਹ ਇਸ ਤਰ੍ਹਾਂ ਹੀ ਉਲਜਲੂਲ ਸੋਚਦੀ ਰਹਿੰਦੀ ਹੈ ਕੰਚਨ ਉਹ ਫੁੱਟਪਾਥ 'ਤੇ ਪਈ ਹੈ ਲੋਕੋ ਨੂੰ ਠੋਕਰਾਂ ਮਾਰ-ਮਾਰ ਲੰਘ ਰਹੀਆਂ ਹਨ ਫਿਰ ਉਹ ਮਰ ਗਈ ਹੈ ਕੋਈ ਵੀ ਉਹਦੀ লাশ ਦਾ ਵਾਰਿਸ ਨਹੀਂ ਹੈ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਹੈ ਕੂੜੇ ਵਾਂਗ ਉਹਨੂੰ ਚੁੱਕ ਕੇ ਲੈ ਜਾਂਦੇ ਆਂ ਸ਼ਮਸ਼ਾਨ ਘਾਟ ਲਿਜਾ ਕੇ ਜਲਾ ਦਿੰਦੇ ਆਂ ਉਦੀ ਆਤਮਾ ਦੀ ਸ਼ਾਂਤੀ ਲਈ ਕੋਈ ਪਾਠ ਪੂਜਾ ਨਹੀਂ ਕੀਤਾ ਜਾਂਦਾ ਆਤਮਾ ਇਨਾਂ ਹੀ ਗਲੀਆਂ ਸੜਕਾਂ ਤੇ ਕਮਰਿਆਂ 'ਚ ਘੁੰਮ ਰਹੀ ਐ ਉਹਨੂੰ ਮੁਕਤੀ ਨਹੀਂ ਮਿਲ ਰਹੀ ਦੇਵਕੀ ਮਾਸੀ ਅਜੇ ਵੀ ਆਪਣੇ ਕਮਰੇ 'ਚ ਸੁੱਤੀ ਹੋਈ ਐ ਰੇਖਾ ਮਧੂ ਹੇਮਾ ਮਾਇਆ ਕੋਈ ਵੀ ਨਹੀਂ ਉઠી ਕੰਚਨ ਚੌਂਦੀ ਐ ਨਹਾ ਲਵੇ ਫਿਰ ਤਾਂ ਇਹਨਾਂ ਦੀ ਲੰਮੀ ਕਤਾਰ ਤੇ ਨੌਕ ਝੌਂਕ ਸ਼ੁਰੂ ਹੋ ਜਾਏਗੀ ਹੁਣ ਤਾਂ ਉੰਜ ਵੀ ਇਹ ਸਾਰੀਆਂ ਮੈਥੋਂ ਕੰਨੀ ਕਤਰਉਣ ਲੱਗੀਆਂ ਮੇਰੇ ਕੱਪੜਿਆਂ ਤੋਂ ਇਹ ਉਹ ਡਰਦੇ ਐ ਜਿਵੇਂ ਰੋਗ ਦੇ ਕੀਟਾਣੂ ਇਹਨਾਂ ਨੂੰ ਡੰਗ ਮਾਰ ਦੇਣਗੇ ਇੱਕ ਦਿਨ ਤਾਂ ਸਲਮਾ ਨੇ ਆਖੀ ਦਿੱਤਾ ਸੀ ਦੇਦੀ ਆਪਣਾ ਤੌਲੀਆ ਤੇ ਪੇਟੀਕੋਟ ਆਪਣੇ ਕਮਰੇ ਅੰਦਰ ਸੁਕਾਇਆ ਕਰ ਬਾਹਰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਹੈ ਸ਼ਾਇਦ ਉੱਠ ਰਹੀਆਂ ਹਨ ਕੰਚਨ ਨੇ ਤੌਲੀਆ ਚੁੱਕਿਆ ਆਪਣੇ ਕਮਰੇ ਦਾ ਦਰਵਾਜ਼ਾ ਭੇੜਿਆ ਗੁਸਲਖਾਨੇ 'ਚ ਕਾਲੀ ਨਾਲ ਚਲੀ ਗਈ ਦਿਨ ਦੇ ਸਾਢੇ 12 ਵਜੇ ਹੈ ਪੌੜੀਆਂ ਉਤਰ ਰਹੀ ਕੰਚਨ ਨੂੰ ਦੇਵਕੀ ਆਪਣੇ ਕਮਰੇ 'ਚ ਆਉਣ ਦਾ ਹੁਕਮ ਦਿੰਦੀ ਹੈ ਇਹਦਾ ਮਤਲਬ ਹੈ ਅੱਜ ਦਾ ਦਿਨ ਫੇਰ ਨੈਸ਼ ਜਾਊਗਾ ਮਨ 'ਚ ਸੋਚਦੀ ਕੰਚਨ ਦੇਵਕੀ ਦੇ ਸਾਹਮਣੇ ਜਾ ਖੜੀ ਉਹ ਤਾਂ ਬਾਹਰ ਜਾਣ ਲਈ ਵੀ ਕਿਸੇ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ। ਦੇਵਕੀ ਤਿੱਖਾ ਵਿਅੰਗ ਕਰਦੀ ਹੈ। ਤੇਰੀ ਖਾਤਰ ਹੀ ਜਾ ਰਹੀਆਂ ਮਾਸੀ। ਪਤਾ ਨਹੀਂ ਕਿਹਦੀ ਖਾਤਰ ਜਾ ਰਹੀ ਹੈ। ਮੈਨੂੰ ਤਾਂ ਅਜੇ ਤੱਕ ਕਿਰਾਇਆ ਨਹੀਂ ਮਿਲਿਆ। ਅੱਜ ਫੈਸਲਾ ਕਰਕੇ ਹੀ ਮੁੜਾਂਗੀ ਮਾਸੀ। ਜਾਂ ਤੈਨੂੰ ਪੈਸੇ ਮਿਲਣਗੇ ਜਾਂ ਫਿਰ ਕਮਰਾ ਖਾਲੀ ਕਰ ਦੇਾਂਗੀ। ਆ ਕੇ ਕੰਚਨ ਬਾਹਰ ਨਿਕਲ ਆਉਂਦੀ ਹੈ ਪਿੱਛੋਂ ਉਹਨੂੰ ਦੇਵਕੀ ਦੀ ਬੁੜਬੁੜਾਹਟ ਸੁਣਦੀ ਹੈ ਪਰ ਉਹ ਚੁੱਪਚਾਪ ਦੁਖੀ ਹੋਈ। ਪੌੜੀਆਂ ਉਤਰ ਕੇ ਹੀਠਾਂ ਸੜਕ ਤੇ ਆ ਜਾਂਦੀ ਹੈ। ਇਸ ਮੁਹੱਲੇ ਦੇ ਬੱਚੇ ਪਾਰਕ 'ਚ ਖੇਡ ਰਹੇ ਹਨ ਬੀਨਾ ਦਾ ਸਰੀਰ ਹੱਡੀਆਂ ਦਾ ਪਿੰਜਰ ਰਹਿ ਗਿਆ ਹੈ ਫੁੱਟਪਾਥ ਤੇ ਸਿਲਵਰ ਦੀ ਬਾਟੀ ਤੇ ਪੁਰਾਣੀ ਬੂਰੀ ਦਾ ਟੋਟਾ ਹੀ ਪਿਆ ਦਿਸਦਾ ਹੈ ਉਹਦੇ ਹੇਠ ਚਿਪਕੀ ਬੀਨਾ ਨਹੀਂ ਦਿਸਦੀ ਕਦੇ ਕੰਚਨ ਨੂੰ ਉਸ ਉੱਪਰ ਤਰਸ ਆਉਂਦਾ ਹੈ ਕਦੇ ਖੇਜ ਆਉਂਦੀ ਹੈ ਇਹ ਮਰਦੀ ਕਿਉਂ ਨਹੀਂ ਅਜੇ ਹੋਰ ਕੀ ਵੇਖਣਾ ਚਾਹੁੰਦੀ ਹੈ ਫਿਰ ਇਹ ਸਵਾਲ ਉਹਨੇ ਆਪਣੇ ਆਪ ਨੂੰ ਕੀਤਾ ਸੜਕ ਤੇ ਦੁੱਚਤੀ 'ਚ ਖੜੀ ਐ ਕਿੱਧਰ ਜਾਵਾਂ ਤਾਰਾ ਜੇ ਆਈ ਨਹੀਂ ਹੋਏਗੀ ਤੇ ਰਤਨਾ ਦਾ ਵੀ ਕੋਈ ਪਤਾ ਨਹੀਂ ਮੈਦਾਨ ਚ ਰੈਲੀ ਹੈ ਉੱਥੇ ਅੱਜ ਪੁਲਿਸ ਬਹੁਤ ਹੋਏਗੀ ਗੰਗਾ ਦੇ ਕੰਢੇ ਜਾ ਕੇ ਬੈਠਾਂ ਪਰ ਸਵੇਚ ਤਾਂ ਮੂੜੀ ਖਾਣ ਲਈ ਵੀ ਪੈਸੇ ਨਹੀਂ ਮੂੜੀ ਲੂਣ ਲਾ ਕੇ ਭੱਠੀ 'ਚ ਭੁੰਨੇ ਚਾਵਲ ਬੰਗਾਲ ਵਿੱਚ ਸਭ ਤੋਂ ਸਸਤਾ ਭੋਜਨ ਹੁੰਦਾ ਹੈ ਫੇਰ ਇਹਦਾ ਕੋਈ ਹੱਲ ਨਹੀਂ ਆ ਉਸ ਕੋਲ ਚੰਗਾ ਤਾਰਾ ਕੋਲੀ ਜਾਵਾਂ ਉੱਥੇ ਕਿਸੇ ਨਾਲ ਕਮਰਾ ਸ਼ੇਅਰ ਕਰਨ ਬਾਰੇ ਵੀ ਗੱਲ ਕਰਨੀ ਹੈ ਦੇਵਕੀ ਕਦੋਂ ੱਤਕਾ ਦੇ ਕੇ ਕੱਢ ਦੇਵੇ ਕੀ ਪਤਾ ਤੇ ਖਿਦਰਪੁਰ ਜਾਣ ਵਾਲੀ ਬੱਸ ਸਵਾਰ ਹੋ ਜਾਂਦੀ ਹੈ ਗੰਗਤੀਵਾਂ ਖਿਦਰਪੁਰ ਦੇ ਬਾਟ ਗੰਡ ਇਲਾਕੇ ਚ ਦਿਨ ਵੇਲੇ ਲੜਕੀਆਂ ਦੇ ਝੁੰਡ ਸੜਕਾਂ ਤੇ ਨਿਕਲ ਆਉਂਦੇ ਹਨ ਰਾਤ ਦਾ ਕੌਣ ਇੰਤਜ਼ਾਰ ਕਰੇ ਜੇ ਭੁੱਖ ਰਾਤ ਤੱਕ ਸਬਰ ਨਹੀਂ ਕਰਦੀ ਤਾਂ ਇਹ ਲੜਕੀਆਂ ਕਿਉਂ ਸਬਰ ਕਰਨ ਇਹ ਹੀ ਸੋਚ ਕੇ ਸਵੇਰ ਤੋਂ ਹੀ ਤਿਆਰ ਵਰ ਤਿਆਰ ਰਹਿੰਦੀਆਂ ਹਨ ਤੇ ਫਿਰ ਭੁੱਖ ਵਾਂਗੀ ਕਾਮ ਦੀ ਹਵਸ ਦਾ ਵੀ ਕੋਈ ਵੇਲਾ ਹੁੰਦਾ ਹੈ ਇਹ ਹੱਸ ਕੇ ਆਖਦੀਆਂ ਹਨ ਅਸੀਂ ਵੀ ਫੌਜੀਆਂ ਵਾਂਗ ਸਦਾ ਰੈਡੀ ਹੁੰਦੀਆਂ ਆਵਾਜ਼ ਮਾਰੀ ਤੇ ਸਲੂਟ ਮਾਰ ਕੇ ਹਾਜ਼ਰ ਕੰਚਨਤਾਰਾ ਦੇ ਕਮਰੇ ਵੱਲ ਜਾ ਰਹੀ ਹੈ ਕਿ ਮੈਲੀ ਜੀ ਤੋਤੀ ਵਾਲਾ ਦਲਾਲ ਦੋ ਕਾਕਾਂ ਦੇ ਪਿੱਛੇ ਲੱਗਿਆ ਹੋਇਆ ਹੈ। ਇੱਕਦਮ ਨਿਆ ਮਾਲ ਹੈ, ਅਸਾਮ ਸੇ ਆਇਆ ਹੈ। ਸਾਲੇ ਜਿਹੜੀ ਹਜ਼ਾਰਾਂ ਨਾਲ ਸੁੱਤੀ ਹੋਈ ਆਖਣਗੇ ਨਿਆ ਮਾਲ ਹੈ। ਗਾਕਾਂ ਆਪਸ ਵਿੱਚ ਗੱਲਾਂ ਕਰਕੇ ਹੱਸਦੇ ਆ ਫਿਰ ਲੜਕੀਆਂ ਦੇ ਇੱਕ ਝੁੰਡ ਕੋਲ ਜਾ ਕੇ ਰੁਕਦੇ ਆ। ਕੋਈ ਅੱਖਾਂ ਮਟਕਾਉਂਦੀ ਹੈ, ਕੋਈ ਪੱਟ ਦਿਖਾਉਂਦੀ ਹੈ ਕੋਈ। ਇੱਕ ਦੇ ਉੱਬਾਰ ਆਉ ਨਾ ਅੰਦਰ ਚੱਲ ਕੇ ਬਾਤ ਕਰੇਗਾ। ਇੱਕ ਲੜਕੀ ਇਸ਼ਾਰਾ ਕਰਕੇ ਬੋਲਦੀ ਹੈ। ਪੈਸੇ ਭੋਲ ਪਹਿਲੇ ਉਹਨਾਂ ਚ ਇੱਕ ਬੋਲਦਾ ਤੂੰ ਉੱਪਰ ਆਏਗਾ ਤਾਂ ਮੈਂ ਪੈਸੇ ਲਵਾਂਗੀ ਜੇ ਤੂੰ ਥੱਲੇ ਹੋਇਆ ਤਾਂ ਮੈਂ ਪੈਸੇ ਦੇਾਂਗੀ ਆ ਜਾ ਕੁਝ ਲੜਕੀਆਂ ਹੱਸਦੀਆਂ ਚੱਲ ਸਾਲੀ ਖੱਜੜ ਨਵੇਂ ਤੁਰਨ ਲੱਗਦੇ ਆਰੇ ਰੁਕੋ ਨਾ ਇੱਕ ਉਹਨਾਂ ਦਾ ਰਾਹ ਰੋਕਦੀ ਆ ਆਉ ਨਾ ਠੀਕ ਸੇ ਬੈਠੇਗਾ ਜੋ ਬੋਲੇਗਾ ਕਰੇਗਾ ਜੋ ਬੋਲੇਗਾ ਕਰੇਗਾ ਇੱਕ ਸ਼ਰਾਰਤ ਨਾਲ ਪੁੱਛਦਾ ਹਾਂਸੀ ਦਾ ਵੀ ਪੁੱਠਾ ਵੀ ਲੜਕੀ ਪੱਟ ਤੇ ਥਾਪੀ ਮਾਰ ਕੇ ਅੱਖ ਦਬਦੀ ਏ ਕੰਚਨ ਨੀਵੀ ਪਾਈ ਉਹਨਾਂ ਦੇ ਕੋਲੋਂ ਦੀ ਲੰਘ ਗਈ ਗੱਲਬਾਤ طے ਹੋ ਜਾਣ ਤੇ ਦੋਵੇਂ ਲੜਕੀਆਂ ਲੈ ਕੇ ਕਮਰੇ 'ਚ ਜਾਣ ਲੱਗਦੇ ਐ ਤੰਗ ਜੇ ਲਾਂਗੇ 'ਚ ਇੱਕ ਗਾਹਕ ਲੜਕੀ ਨੂੰ ਜੱਫੀ 'ਚ ਲੈਣ ਲੱਗਾ ਉਹ ਅੱਗੋਂ ਛਿੜਕਦੀ ਐ ਠਹਿਰ ਜਾ ਹਰਾਮੀ ਗਾਲ ਕੱਢਦੀ ਐ ਸਾਲੀ ਉਹ ਗੁੱਸਾ ਦਿਖਾਉਂਦਾ ਇਹ ਤਾਂ ਪਿਆਰ ਐ ਇਹ ਤਾਂ ਪਿਆਰ ਸੀ ਯਾਰ ਕੁੜੀ ਨਖਰਾ ਦਿਖਾਉਂਦੀ ਐ ਸੜਕ 'ਤੇ ਖੜੀਆਂ ਤੇ ਅੰਦਰ ਆਈਆਂ ਲੜਕੀਆਂ ਦੇ ਵਰਤਾਰੇ 'ਚ ਅਚਾਨਕ ਤਬਦੀਲੀ ਆ ਜਾਂਦੀ ਐ ਉਦੋਂ ਗਾਹਕ ਸੁਸੋਣਾ ਹੁੰਦਾ ਹੁਣ ਗਾਹਕ ਭੁਗਤਾਉਣਾ ਹੁੰਦਾ ਕੰਚਨ ਨੇ ਦੇਖਿਆ ਤਾਰਾ ਜੇ ਕਮਰੇ ਚ ਹੀ ਹੈ ਥਾਲੀ ਚ ਥੋੜੇ ਚਾਵਲ ਪਤਲੀ ਜੀ ਦਾਲ ਨਾਲ ਛੋਟੀਆਂ ਬੱਚੀਆਂ ਨੂੰ ਖਵਾ ਰਹੀ ਹੈ ਕੰਚਨ ਨੂੰ ਦੇਖਦਿਆਂ ਮਹਿਸੂਸ ਹੋਇਆ ਉਹਨੂੰ ਵੀ ਭੁੱਖ ਲੱਗੀ ਹੈ ਪਰ ਉਸ ਨੇ ਜਾਰ ਨਹੀਂ ਹੋਣ ਦਿੱਤਾ ਤਾਰਾ ਕੁਝ ਪੁੱਛਣ ਵਾਲਿਆਂ ਵਾਂਗ ਕੰਚਨ ਵੱਲ ਝਾਕਦੀ ਹੈ ਚਾਵਲ ਖਾਣ ਲਈ ਦਬਤ ਦੇਣ ਦੀ ਉਸ ਤੇ ਹਿੰਮਤ ਨਹੀਂ ਹੈ ਕੰਚਨ ਵੀ ਸਮਝਦੀ ਹੈ ਇਹਨਾਂ ਮੁਠੀ ਪਰ ਚਾਵਲਾਂ ਦੀ ਖਾਤਰ ਤਾਰਾ ਨੂੰ ਪਤਾ ਨਹੀਂ ਕਿਹੜੇ ਕਿਹੜੇ ਪੱਤਰ ਨ ਤਰਨੇ ਪਏ ਹੋਣਗੇ ਤਾਰਾ ਦੇਵਕੀ ਨੇ ਅੱਜ ਹੀ ਕਮਰਾ ਖਾਲੀ ਕਰਨ ਲਈ ਕਿਹਾ ਕੰਚਨ ਦੇ ਮੂੰਹੋਂ ਮਰੇ ਜੇ ਬੋਲ ਨਿਕਲਦੇ ਐ ਬੱਚੀ ਦੇ ਮੂੰਹ 'ਚ ਚੌਲਾਂ ਦੀ ਬੁਰਕੀ ਪਾਉਣ ਜਾ ਰਿਹਾ ਹੱਥ ਥਾਂ ਰੁਕ ਜਾਂਦਾ ਫੇਰ ਛੱਡਾ ਹੀ ਏ ਉਤੋਂ ਤਾਰਾ ਚਿੰਤਾ ਨਾਲ ਪੁੱਛਦੀ ਐ ਨਹੀਂ ਅਜੇ ਤਾਂ ਨਹੀਂ ਆਖਾਈਆਂ ਅੱਜ ਸ਼ਾਮ ਤੱਕ ਦੇਵਕੀ ਨੂੰ ਕਿਰਾਇਆ ਮਿਲ ਜਾਏਗਾ ਜਾਂ ਕਮਰਾ ਸ਼ਾਮ ਤੱਕ ਕਿਰਾਏ ਦਾ ਪ੍ਰਬੰਧ ਤਾਂ ਹੋ ਨਾ ਰਿਹਾ ਜੇ ਕਮਰਾ ਖਾਲੀ ਕਰਨਾ ਪਿਆ ਜਾਏਗੀ ਕਿਤੇ ਇਸੇ ਲਈ ਤਾਂ ਆਈਆਂ ਤੇਰੇ ਕੋਲ ਤੂੰ ਹੀ ਦੱਸ ਕੀ ਕਰਾਂ ਮੈਂ ਕੰਚਨ ਜ ਵਿੱਚ ਸੱਚਮੁੱਚ ਹਾਰ ਗਈ ਐ। ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਤਾਰਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿਉਂ ਜੀਵੀ ਜਾ ਰਹੀ ਐ ਮੈਂ। ਮਾਂ-ਬਾਪ ਲਈ, ਰਿਸ਼ਤੇਦਾਰਾਂ ਲਈ, ਆਪਣੇ ਪਿੰਡ ਵਾਲਿਆਂ ਲਈ ਤਾਂ ਮੈਂ ਕਦੋਂ ਦੀ ਮਰ ਚੁੱਕੀ ਆਂ। ਫਿਰ ਅਜੇ ਨਕੰਮੇ ਜੀਵਨ ਦਾ ਕਿਉਂ ਨਾਂ ਅੰਤ ਹੀ ਕਰ ਦਿੱਤਾ ਜਾਏ। ਪਾਗਲ ਹੋ ਗਈ ਐ। ਤਾਰਾ ਉਹਦੀ ਹਾਲਤ ਤੋਂ ਡਰ ਗਈ ਐ। ਪਹਿਲਾਂ ਤਾਂ ਨਹੀਂ ਸੀ ਹੋਈ, ਹੁਣ ਸ਼ਾਇਦ ਹੋ ਜਾਵਾਂ। ਤਾਰਾ ਮੈਨੂੰ ਪਤਾ ਐ ਤੇਰੇ ਆਪਣੇ ਕੋਲ ਵੀ ਰਹਿਣ ਲਈ ਵਧੇਰੇ ਜਗ੍ਹਾ ਨਹੀਂ ਐ। ਫਿਰ ਵੀ ਇੱਧਰ ਚਲੀ ਆਈ। ਰਤਨਾ ਕੋਲ ਵੀ ਜਗ੍ਹਾ ਨਹੀਂ ਐ ਫੇਰ ਕਿੱਥੇ ਜਾਵਾਂ ਸੜਕਾਂ ਤੇ ਫੁੱਟਪਾਥਾਂ ਤੇ ਜਾਂ ਪਾਰਕਾਂ 'ਚ ਭਟਕਦੇ ਆ ਬੀਨਾ ਮौसी ਦੀ ਦਸ਼ਾ ਤੱਕ ਪਹੁੰਚਣ ਦਾ ਇੰਤਜ਼ਾਰ ਕਰਾਂ ਕੀ ਚੰਗਾ ਵੇਖਣ ਲਈ ਜਿਉਂਦੀਆਂ ਅਸੀਂ ਕੰਚਨ ਦੇ ਹੰਝੂ ਨਿਕਲ ਆਉਂਦੇ ਐ ਤਾਰਾ ਨੀਵੀਂ ਪਾਈ ਬੈਠੀ ਐ ਬੱਚੀ ਆਪ ਹੀ ਹੌਲੀ-ਹੌਲੀ ਚਾਵਲ ਖਾਣ ਲੱਗੀ ਐ ਚੰਗਾ ਜਾਵਾਂਗੀ ਹੁਣ ਮਾਫ ਕਰੀਂ ਭੈਣ ਆਪਣਾ ਦੁੱਖ ਰੋਕੇ ਤੇਰਾ ਮਨ ਵੀ ਦੁਖੀ ਕੀਤਾ ਮੈਂ ਕੰਚਨ ਉੱਠ ਖੜਦੀ ਐ ਕਿੱਧਰ ਜਾ ਰਹੀ ਹੈ ਹੁਣ ਤਾਰਾ ਹੁੰਦਰਦੀ ਨਾਲ ਪੁੱਛਦੀ ਹੈ ਜਿੱਧਰ ਕਿਸਮਤ ਲੈ ਜਾਏਗੀ ਆਖੇ ਕੰਚਨ ਹੋਕਾ ਲੈਂਦੀ ਹੈ ਤੇ ਤਾਰਾ ਦੇ ਕਮਰੇ ਚੋਂ ਬਾਹਰ ਨਿਕਲ ਆਉਂਦੀ ਹੈ ਬਾਹਰ ਉਹ ਦੋਵੇਂ ਗਾਹਕ ਲੜਕੀਆਂ ਕੋਲੇ ਜਿਹੀ ਖੜੇ ਹੈ ਅਰੇ ਤੂੰ ਫੇਰ ਆ ਗਿਆ ਇਧਰ ਕੀ ਖਾਇਆ ਅੱਜ ਇੱਕ ਲੜਕੀ ਛੇੜਦੀ ਹੈ ਮੇਰਾ ਬਟੂਆ ਗਿਰ ਗਿਆ ਇਧਰ ਇੱਕ ਗਾਹਕ ਦੱਸਦਾ ਹੈ ਬਟੂਆ ਸਾਰੀਆਂ ਇੱਕੋ ਵੇਲੇ ਬੋਲਦੀਆਂ ਕਿਹਦਾ ਬਟੂਆ ਰੇ ਇੱਕ ਲੜਕੀ ਗਾਹਕ ਦੀਆਂ ਅੱਖਾਂ ਸਾਹਮਣੇ ਆਪਣਾ ਹੱਥ ਨੱਚਾਉਂਦੀ ਹੈ ਅਰੇ ਸਾਲਾ ਲੋਕ ਤਾਂ ਇੱਧਰ ਆਪਣਾ ਦਿਲ ਗिरा ਜਾਂਦੇ ਨੇ ਆਪਣਾ ਦਿਮਾਗ ਗिरा ਜਾਂਦੇ ਨੇ ਤੇਰਾ ਤਾਂ ਬੁੱਟੂਆ ਹੀ gira ਇੱਕ ਹੱਸ ਕੇ ਲੱਕ ਨੂੰ ਹਲੋਰਾ ਦੇ ਕੇ ਆਖਦੀ ਏ ਦੇਖੋ ਹਮ ਵੀ ਤੁਹਾਾਰੇ ਜੈਸੇ ਹੀ ਆਂ ਦਿਨ ਭਰ ਟੈਕਸੀ ਚਲਾ ਕੇ ਲਹੂ ਪਸੀਨਾ ਇੱਕ ਕਰਕੇ ਪੈਸੇ ਕਮਾਉਨੇ ਆ ਜੇ ਮਿਲ ਜਾਂਦਾ ਤਾਂ ਆਕੇ ਉਦਾਸ ਥੇ ਮੁੜ ਪੈਂਦੇ ਆ ਸੁਣੋ ਇੱਕ ਲੜਕੀ ਪਿੱਛੋਂ ਆਵਾਜ਼ ਦਿੰਦੀ ਏ ਦੋਵੇਂ ਮੁੜਦੇ ਆ ਲੜਕੀ ਅਗਾਂਹ ਵੱਧ ਕੇ ਆਪਣਾ ਬਰਾਜ ਤੁੰਨੇ ਬਟੂਏ ਦੀ ਦਿਸਤੀ ਕਨੁਕਰ ਵਾਲੇ ਇਸ਼ਾਰਾ ਕਰਕੇ ਪੁੱਛਦੀ ਹੈ ਇਹ ਹੀ ਹੈ ਨਾ ਇਹ ਹੀ ਹੈ ਆਖ ਦੇ ਇੱਕ ਗਾਹ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ ਇੱਕ ਬਾਰ ਔਰ ਅੰਦਰ ਚਲੋ ਤਬ ਦੂੰਗੀ ਬਟੂਆ ਲੜਕੀ ਨਖਰੇ ਨਾਲ ਲਾਕਦੀ ਹੈ ਤਾਂ ਸਾਰੀਆਂ ਫਿਰ ਹੱਸ ਪੈਂਦੀਆਂ ਠੀਕ ਹੈ ਉਹਨੇ ਪੈਸੇ ਰੱਖ ਕੇ ਬਟੂਆ ਦੇ ਦੋ ਅਰੇ ਆ ਜਾ ਬੜਾ ਆਇਆ ਖਰਾ ਦੇਣੇ ਵਾਲਾ ਅਭੀ ਤਾਂ ਬੋਲਾ ਥਾ ਤੂੰ ਹਮ ਤੁਮਰੇ ਜਸਾ ਲੜਕੀਆਂ ਦੀਆਂ ਅੱਖਾਂ ਚ ਰੋ ਟਪਕਦਾ ਹੈ ਚਲੋ ਇਹ ਨਾਮ ਸਮਝ ਕੇ ਜੋ ਇੱਛਾ ਰੱਖ ਲੋ ਗਾਗ ਖੁਸ਼ ਹੈ ਤੂੰ ਕੋਈ ਮੰਤਰੀ ਆਰੇ ਇਨਾਮ ਦਿੱਤਾ ਆ ਤੇਰੇ ਕੋ ਹਮ ਇਨਾਮ ਦਿੱਤਾ ਹੈ ਨਿਕਾਲ ਲਈ ਹਿਆਸੇ ਲੜਕੀ ਬਾਹਾਂ ਪਿੱਛੇ ਕਰਕੇ ਗਾਗ ਸਾਹਮਣੇ ਇੱਕ ਵਾਰਦੀ ਹੈ ਗਾਗ ਝਿਜਕ ਰਿਹਾ ਹੈ ਆ ਨਸਾਲਾ ਅੰਦਰ ਕਮਰਾ ਮੇ ਤੂੰ ਬੋਲਦਾ ਥਾ ਹਮ ਸ਼ਾਦੀ ਬਣਾਏਗਾ ਲੜਕੀ ਗਾਗ ਲਈ ਚੁਣੌਤੀ ਬਣੀ ਖੜੀ ਹੈ ਗਾਗ ਸੰਕੋਚ ਨਾਲ ਬਰਾਚ ਟੰਗਿਆ ਬਟੂਆ ਏਉਂ ਖਿੱਚਦਾ ਜਿਵੇਂ ਜਿਉਂਦਾ ਵਿੱਚੂ ਚੁੱਕਣ ਲੱਗਿਆ ਹੋਵੇ अपना पैसा गिन लो का हुआ हम रंडी का पेशा करता है। हम लोग तुम लोगों की तरफ बेईमान नहीं है अंदर चलता है तो चलो नहीं तो अपना रास्ता देखो हम लोग का धंधे का टाइम है लड़की ट्रैफिक सिपाही वांग जान ली इशारा कर दी है उनोंदे आगे आगे ही जा रही है कंचन सुस्त जई साथ-साथ हीन मन अंदर ज्वारपाट उठ रया है किधर जाएगी हुण देवकी मौसी नु की आखांगी जाके मैदानान च किन्ना कचर घूमदी रहंगी ਕਿ ਨਾ ਸੋਚੇ ਸਮਝੇ ਸਾਹਮਣੇ ਆਈ ਟਰੈਮ ਤੇ ਚੜ ਜਾਂਦੀ ਐ ਜਾਣਦੀ ਐ ਧਰਮਤਲਾ ਦੇ ਮੈਦਾਨਾਂ ਵੱਲੀ ਜਾ ਰਹੀ ਐ ਕੰਡਕਟਰ ਟਿਕਟ ਲੈਣ ਲਈ ਆਖਦਾ ਕਹਿੰਦੀ ਐ ਇੱਕ ਕਾਲੀਘਾਟ ਇਹ ਕਾਲੀਘਾਟ ਨਹੀਂ ਜਾਏਗੀ ਮੂਰਖ ਹੈ ਤੂੰ ਕੰਡਕਟਰ ਗੁੱਸੇ ਹੁੰਦਾ ਠੀਕ ਐ ਬਾਬਾ ਗੁੱਸਾ ਕਿਉਂ ਦਿਖਾਣਾ ਅਗਲੇ ਸਟਾਪ ਤੇ ਉਤਰ ਜਾਵਾਂਗੀ ਤੇ ਕੰਚਨ ਸੱਚੀ ਇੱਕ ਸਟਾਪ ਹੋਰ ਛੱਡ ਕੇ ਉਤਰ ਜਾਂਦੀ ਐ ਚਲੋ ਟਿਕਟ ਦੇ ਪੈਸੇ ਤਾਂ ਬਚੇ ਮੈਦਾਨਾਂ ਤੱਕ ਇੰਨਾ ਕੋ ਪੈਦਲ ਤੁਰਿਆ ਹੀ ਜਾਏਗਾ ਕੀ ਪਤਾ ਕੋਈ ਗਾਹ ਕੀ ਇੱਧਰ ਮਿਲ ਪਵੇ ਮੈਦਾਨਾਂ ਦੇ ਅੰਦਰ ਦਰਖਤਾਂ ਦੇ ਮੁੱਢਾਂ ਨਾਲ ਪ੍ਰੇਮੀ ਜੋੜੇ ਬੈਠੇ ਐ ਕੋਈ ਲੜਕੀ ਦੇ ਪੱਟਾਂ ਤੇ ਸਿਰ ਰੱਖੀ ਪਿਆ ਕੋਈ ਲੜਕਾ ਕਿਸੇ ਲੜਕੀ ਨੂੰ ਗੋਦ ਚ ਲਈ ਬੈਠਾ ਹੈ ਕੀ ਇਹ ਲੋਕ ਠੰਡਾ ਨਹੀਂ ਕਰਦੇ ਕੰਚਨ ਸੋਚਦੀ ਹੈ ਘਰੋਂ ਦਾ ਕਾਲਜ ਚ ਪੜਨ ਲਈ ਆਏ ਐ ਇੱਥੇ ਕਿਹੜੀ ਪੜਾਈ ਹੋ ਰਹੀ ਹੈ ਕਿ ਮਾਂ-ਬਾਪ ਨਹੀਂ ਜਾਣਦੇ ਲੜਕੀਆਂ ਪਰਸਾਂ ਚ ਨਿਰੋਧ ਲੈ ਕੇ ਘੁੰਮਦੀਆਂ ਡਾਕਟਰਾਂ ਤੋਂ ਗਰਭਪਾਤ ਕਰਵਾਉਂਦੀਆਂ ਫਿਰ ਵੀ ਸੌ ਘਰਾਂ ਦੀਆਂ ਜਾਈਆਂ ਸਤੀ ਸਵਿਤਰੀਆਂ ਕੰਜਕਾਂ ਪ੍ਰੇਮੀ ਜੋੜਿਆਂ ਦੇ ਕੋਲੋਂ ਦੀ ਲੰਗੀ ਆ ਰਹੀ ਹੈ ਕਦੇ ਟੇਢੀ ਅੱਖ ਨਾਲ ਉਹਨਾਂ ਵੱਲ ਝਾਕਦੀ ਹੈ ਮਹਾਨਗਰ ਚ ਕੀ ਹੋ ਰਿਹਾ ਹੈ ਪ੍ਰਾਂਤ ਵਿੱਚ ਕੀ ਹੋ ਰਿਹਾ ਹੈ ਦੇਸ਼ ਵਿੱਚ ਕੀ ਹੋ ਰਿਹਾ ਹੈ ਕੋਈ ਚਿੰਤਾ ਨਹੀਂ ਹੈ ਸੰਧਿਆ ਵੇਲੇ ਉੱਠ ਕੇ ਆਪਣੇ ਆਪਣੇ ਘਰ ਚਲੇ ਜਾਣਗੇ ਪਰ ਕੰਚਨ ਨੂੰ ਚਿੰਤਾ ਉਹ ਕਿਹੜੇ ਘਰ ਜਾਏਗੀ ਕੌਣ ਉਹਦਾ ਇੰਤਜ਼ਾਰ ਕਰ ਰਿਹਾ ਹੈ ਉਹ ਨਾ ਵੀ ਗਈ ਤਾਂ ਕੀ ਫਰਕ ਪੈਗਾ ਦੇਵਕੀ ਮੌਸੀ ਦਾ 2 ਮਹੀਨੇ ਦਾ ਕਿਰਾਇਆ ਮਾਰਿਆ ਜਾਏਗਾ 2-4 ਦਿਨ ਉਡੀਕੇਗੀ ਫਿਰ ਕਿਸੇ ਹੋਰ ਨੂੰ ਕਮਰਾ ਦੇ ਦੇਗੀ ਉਠਦੀ ਬੈਠਦੀ ਮੈਨੂੰ ਕੋਸੇਗੀ ਕੰਚਨ ਸੋਚਦੀ ਐ ਇੱਕ ਦਰਖਤ ਨਾਲ ਢੋਲਾ ਕੇ ਸੌ ਜਾਵਾਂ ਪਰੰਤੂ ਭੁੱਖੇ ਨਹੀਂ ਲੱਗੀ ਐ ਉਹਨੂੰ ਨੀਂਦ ਕਿਸ ਤਰ੍ਹਾਂ ਆਏਗੀ ਹੌਕਾ ਲੈ ਕੇ ਮਹਾਨਗਰ ਦੀਆਂ ਆਕਾਸ਼ ਛੂੰਦੀਆਂ ਇਮਾਰਤਾਂ ਵੱਲ ਤੱਕਣ ਲੱਗਦੀ ਐ ਧੰਨਵਾਦ ਚਲਦਾ